ਜਿੱਥੇ ਇੱਕ ਪਾਸੇ ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਡਟੇ ਹਜ਼ਾਰਾਂ ਕਿਸਾਨਾਂ ਦਾ ਸੰਘਰਸ਼ ਅੱਜ 6ਵੇਂ ਦਿਨ ਵੀ ਜਾਰੀ ਹੈ, ਉੱਥੇ ਹੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਰਕਾਰ ਨੇ ਵੀ ਇੰਟਰਨੈਟ ਸੇਵਾਵਾਂ 'ਤੇ ਜਿਹੜੀ ਪਾਬੰਦੀ ਲਾਈ ਸੀ ਉਸਨੂੰ ਵਧਾ ਦਿੱਤਾ ਹੈ। ਪਹਿਲਾਂ ਇਹ ਪਾਬੰਦੀ ਜਿਹੜੀ ਕਿ 19 ਫਰਵਰੀ ਤੱਕ ਸੀ, ਪਰ ਹੁਣ ਇਸ ਨੂੰ ਵਧਾ ਕੇ 24 ਫਰਵਰੀ ਤੱਕ ਕਰ ਦਿੱਤਾ ਹੈ। ਹਰਿਆਣਾ ਦੇ ਨਾਲ ਨਾਲ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ। ਜਿਹੜੇ ਜ਼ਿਲ੍ਹੇ ਹੈਗੇ ਆ ਉਹ ਪੰਜਾਬ ਦੇ, ਉਹਨਾਂ ਦੱਸ ਦਈਏ ਕਿ ਪਟਿਆਲਾ, ਮੋਹਾਲੀ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਮਾਨਸਾ, ਸੰਗਰੂਰ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਾਮਿਲ ਨੇ। ਇਹਨਾਂ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ 24 ਫਰਵਰੀ ਤੱਕ ਜਿਹੜਾ ਵਧਾ ਦਿੱਤਾ ਗਿਆ। ਹਰਿਆਣਾ ਦੇ ਨਾਲ ਨਾਲ ਪੰਜਾਬ ਦੇ ਇਹ ਕਈ ਇਲਾਕੇ ਸੀ ਜਿਹੜੇ ਕਿ ਬਾਰਡਰਾਂ ਦੇ ਨਾਲ ਲੱਗਦੇ ਸੀਗੇ, ਉਹਨਾਂ ਦੇ ਵਿੱਚ ਇਹ ਸੇਵਾਵਾਂ ਜਿਹੜੀਆਂ ਬੰਦ ਕੀਤੀਆਂ ਗਈਆਂ। ਪਹਿਲਾਂ ਤੋਂ ਹੀ ਜਿਹੜੇ ਜਿੱਥੇ ਜ਼ਿਆਦਾ ਕਿਸਾਨੀ ਜਿਹੜੇ ਆਗੂ ਸੀਗੇ ਸਰਗਰਮ ਸੀਗੇ, ਜਾਂ ਜੋ ਕਈ ਇਲਾਕੇ ਜਿਹੜੇ ਬਾਰਡਰਾਂ ਦੇ ਨਾਲ ਲੱਗਦੇ ਸੀ, ਪਹਿਲਾਂ ਹੀ ਪੰਜਾਬ ਦੇ ਸ਼ੁਤਰਾਣਾ, ਸਮਾਣਾ ਇਲਾਕੇ ਦੇ ਵਿੱਚ ਖਨੌਰੀ, ਮੂਨਕ, ਸੁਨਾਮ 'ਤੇ ਵੀ ਪਾਬੰਦੀ ਜਿਹੜੀ ਉਹ ਵਧਾ ਤੀ, ਅਤੇ ਇਸ ਦੇ ਨਾਲ ਲਹਿਰਾ, ਦੇਵੀਗੜ੍ਹ, ਘਨੌਰ ਅਤੇ ਹਰਿਆਣਾ ਦੇ ਗੱਲ ਕਰੀਏ ਤਾਂ ਅੰਬਾਲਾ, ਕੁਰੂਕਸ਼ੇਤਰ, ਜੀਂਦ, ਕੈਥਲ, ਫਤਿਹਾਬਾਦ, ਸਿਰਸਾ, ਹਿਸਾਰ ਦੇ ਵਿੱਚ ਪਹਿਲਾਂ ਹੀ ਇੰਟਰਨੈਟ ਸੇਵਾਵਾਂ 'ਤੇ ਪਾਬੰਦੀ ਲਾਈ ਸੀ। ਹੁਣ ਇਸ ਦੇ ਨਾਲ ਪੰਜਾਬ ਦੇ ਵੀ ਇਹਨਾਂ 7 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਬੰਦ ਕੀਤੀਆਂ ਸੀ, ਉਹਨਾਂ ਦੀ ਪਾਬੰਦੀ ਜਿਹੜੀ 24 ਫਰਵਰੀ ਤੱਕ ਜਿਹੜੀ ਵਧਾ ਦਿੱਤੀ ਗਈ ਆ। ਜਿਹੜੀਆਂ ਇੰਟਰਨੈਟ ਸੇਵਾਵਾਂ ਵਧਾ ਦਿੱਤੀਆਂ ਗਈਆਂ ਨੇ, ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਜਿੱਥੇ ਇੱਕ ਪਾਸੇ ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਡਟੇ ਹਜ਼ਾਰਾਂ ਕਿਸਾਨਾਂ ਦਾ ਸੰਘਰਸ਼ ਅੱਜ 6ਵੇਂ ਦਿਨ ਵੀ ਜਾਰੀ ਹੈ, ਉੱਥੇ ਹੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਰਕਾਰ ਨੇ ਵੀ ਇੰਟਰਨੈਟ ਸੇਵਾਵਾਂ 'ਤੇ ਜਿਹੜੀ ਪਾਬੰਦੀ ਲਾਈ ਸੀ ਉਸਨੂੰ ਵਧਾ ਦਿੱਤਾ ਹੈ। ਪਹਿਲਾਂ ਇਹ ਪਾਬੰਦੀ ਜਿਹੜੀ ਕਿ 19 ਫਰਵਰੀ ਤੱਕ ਸੀ, ਪਰ ਹੁਣ ਇਸ ਨੂੰ ਵਧਾ ਕੇ 24 ਫਰਵਰੀ ਤੱਕ ਕਰ ਦਿੱਤਾ ਹੈ। ਹਰਿਆਣਾ ਦੇ ਨਾਲ ਨਾਲ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ। ਜਿਹੜੇ ਜ਼ਿਲ੍ਹੇ ਹੈਗੇ ਆ ਉਹ ਪੰਜਾਬ ਦੇ, ਉਹਨਾਂ ਦੱਸ ਦਈਏ ਕਿ ਪਟਿਆਲਾ, ਮੋਹਾਲੀ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਮਾਨਸਾ, ਸੰਗਰੂਰ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਾਮਿਲ ਨੇ। ਇਹਨਾਂ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ 24 ਫਰਵਰੀ ਤੱਕ ਜਿਹੜਾ ਵਧਾ ਦਿੱਤਾ ਗਿਆ। ਹਰਿਆਣਾ ਦੇ ਨਾਲ ਨਾਲ ਪੰਜਾਬ ਦੇ ਇਹ ਕਈ ਇਲਾਕੇ ਸੀ ਜਿਹੜੇ ਕਿ ਬਾਰਡਰਾਂ ਦੇ ਨਾਲ ਲੱਗਦੇ ਸੀਗੇ, ਉਹਨਾਂ ਦੇ ਵਿੱਚ ਇਹ ਸੇਵਾਵਾਂ ਜਿਹੜੀਆਂ ਬੰਦ ਕੀਤੀਆਂ ਗਈਆਂ। ਪਹਿਲਾਂ ਤੋਂ ਹੀ ਜਿਹੜੇ ਜਿੱਥੇ ਜ਼ਿਆਦਾ ਕਿਸਾਨੀ ਜਿਹੜੇ ਆਗੂ ਸੀਗੇ ਸਰਗਰਮ ਸੀਗੇ, ਜਾਂ ਜੋ ਕਈ ਇਲਾਕੇ ਜਿਹੜੇ ਬਾਰਡਰਾਂ ਦੇ ਨਾਲ ਲੱਗਦੇ ਸੀ, ਪਹਿਲਾਂ ਹੀ ਪੰਜਾਬ ਦੇ ਸ਼ੁਤਰਾਣਾ, ਸਮਾਣਾ ਇਲਾਕੇ ਦੇ ਵਿੱਚ ਖਨੌਰੀ, ਮੂਨਕ, ਸੁਨਾਮ 'ਤੇ ਵੀ ਪਾਬੰਦੀ ਜਿਹੜੀ ਉਹ ਵਧਾ ਤੀ, ਅਤੇ ਇਸ ਦੇ ਨਾਲ ਲਹਿਰਾ, ਦੇਵੀਗੜ੍ਹ, ਘਨੌਰ ਅਤੇ ਹਰਿਆਣਾ ਦੇ ਗੱਲ ਕਰੀਏ ਤਾਂ ਅੰਬਾਲਾ, ਕੁਰੂਕਸ਼ੇਤਰ, ਜੀਂਦ, ਕੈਥਲ, ਫਤਿਹਾਬਾਦ, ਸਿਰਸਾ, ਹਿਸਾਰ ਦੇ ਵਿੱਚ ਪਹਿਲਾਂ ਹੀ ਇੰਟਰਨੈਟ ਸੇਵਾਵਾਂ 'ਤੇ ਪਾਬੰਦੀ ਲਾਈ ਸੀ। ਹੁਣ ਇਸ ਦੇ ਨਾਲ ਪੰਜਾਬ ਦੇ ਵੀ ਇਹਨਾਂ 7 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਬੰਦ ਕੀਤੀਆਂ ਸੀ, ਉਹਨਾਂ ਦੀ ਪਾਬੰਦੀ ਜਿਹੜੀ 24 ਫਰਵਰੀ ਤੱਕ ਜਿਹੜੀ ਵਧਾ ਦਿੱਤੀ ਗਈ ਆ। ਜਿਹੜੀਆਂ ਇੰਟਰਨੈਟ ਸੇਵਾਵਾਂ ਵਧਾ ਦਿੱਤੀਆਂ ਗਈਆਂ ਨੇ,
ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ।